ਆਉਣ ਵਾਲੇ 2020 ਵਿੱਚ ਪਹਿਲੇ ਮਹੀਨੇ ਦੇ ਵਿੱਚ ਬੈਂਕ 16 ਦਿਨਾਂ ਲਈ ਬੰਦ ਰਹਿਣਗੇ। ਹਾਲਾਂਕਿ ਜਨਵਰੀ ਦੀਆਂ ਬੈਂਕ ਦੀਆਂ ਕਈ ਕੁਝ ਛੁੱਟੀਆਂ ਕੁਝ ਰਾਜਾਂ ਵਿੱਚ ਲਾਗੂ ਨੇ, ਪਰ ਕੁੱਲ 10 ਦਿਨਾਂ ਲਈ ਵੱਡੀ ਗਿਣਤੀ ਵਿੱਚ ਬੈਂਕ ਬੰਦ ਰਹਿਣਗੇ। ਬੈਂਕ ਐਤਵਾਰ ਅਤੇ ਦੂਜੇ ਚੌਥੇ ਸ਼ਨੀਵਾਰ ਬੰਦ ਰਹਿੰਦੇ ਨੇ। ਇਸ ਲਈ ਗ੍ਰਾਹਕਾਂ ਲਈ ਇਹ ਧਿਆਨ ਰੱਖਣਾ ਮਹੱਤਵਪੂਰਨ ਹੋਵੇਗਾ ਕਿ ਜਨਵਰੀ ਵਿੱਚ 4 ਐਤਵਾਰ ਅਤੇ 2 ਸ਼ਨੀਵਾਰ ਨੇ। ਦੇਸ਼ ਦੇ ਵਿਭਿੰਨ ਬੈਂਕ ਸ਼ਾਖਾਵਾਂ ਦੇ ਗ੍ਰਾਹਕਾਂ ਨੂੰ ਅਗਲੇ ਮਹੀਨੇ ਲੰਬੀ ਬੈਂਕ ਛੁੱਟੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਲਈ ਬੈਂਕ ਨਾਲ ਸੰਬੰਧਿਤ ਕੰਮ ਦੀ ਯੋਜਨਾ ਪਹਿਲਾਂ ਬਣਾਉਣੀ ਜ਼ਰੂਰੀ ਹੋਵੇਗੀ। ਜਨਵਰੀ ਵਿੱਚ ਗਣਤੰਤਰ ਦਿਵਸ ਦੀ ਇਕਲੌਤੀ ਛੁੱਟੀ ਹੈ ਅਤੇ ਨਵੇਂ ਸਾਲ ਦੇ 1 ਜਨਵਰੀ ਨੂੰ ਬੈਂਕ ਬੰਦ ਰਹਿਣਗੇ ਅਤੇ ਕਈ ਰਾਜਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 2 ਜਨਵਰੀ ਨੂੰ ਬੈਂਕ ਬੰਦ ਰਹਿਣਗੇ। 5 ਜਨਵਰੀ ਨੂੰ ਬੈਂਕ ਫਿਰ ਬੰਦ ਰਹਿਣਗੇ। 7 ਜਨਵਰੀ ਇੰਫਾਲ ਵਿੱਚ ਬੈਂਕ ਈਮੋ ਇਨੂ ਇਰਪਾ ਦੇ ਪ੍ਰੋਗਰਾਮ ਕਰਕੇ ਅਤੇ 8 ਜਨਵਰੀ ਨੂੰ ਐਥਮ ਨਾਗਾਈ ਵਿੱਚ ਬੰਦ ਰਹਿਣਗੇ ਅਤੇ 11 ਜਨਵਰੀ ਨੂੰ ਭਾਰਤ ਵਿੱਚ ਦੂਜੇ ਸ਼ਨੀਵਾਰ ਅਤੇ 12 ਜਨਵਰੀ ਨੂੰ ਵੀ ਬੰਦ ਰਹਿਣਗੇ। 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਕਾਰਨ ਅਹਿਮਦਾਬਾਦ 'ਚ ਕਈ ਬੈਂਕ ਬੰਦ ਰਹਿਣਗੇ ਅਤੇ 15 ਜਨਵਰੀ ਨੂੰ ਫਿਰ ਉਤਰੀਆਨਾ ਦੇ ਵਿੱਚ ਉਸਤਵ ਪੋਗਲ ਮੱਘਾ ਬਹੂ ਅਤੇ ਤਸੂ ਪੂਜਾ ਕਰਕੇ 15 ਨੂੰ ਫਿਰ ਕੁਝ ਦੇਸ਼ਾਂ 'ਚ ਇਹਨਾਂ ਬੈਂਕਾਂ ਦੇ ਵਿੱਚ ਛੁੱਟੀ ਹੋਵੇਗੀ। ਚੇਨਈ ਦੇ ਵਿੱਚ ਉਜਰੇਵਾ ਥਰਲੂ ਸਮਾਰੋਹ ਕਾਰਨ ਅਗਲੇ ਦਿਨ 17 ਜਨਵਰੀ ਨੂੰ ਤਿਰੁਵਲਮਪੁਰਮ ਦੇ ਵਿੱਚ ਵੀ ਅਤੇ 16 ਜਨਵਰੀ ਨੂੰ ਬੈਂਕ ਬੰਦ ਰਹਿਣਗੇ ਅਤੇ 19 ਜਨਵਰੀ ਨੂੰ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ ਕਿਉਂਕਿ ਉਸ ਦਿਨ ਐਤਵਾਰ ਹੈ ਅਤੇ 23 ਜਨਵਰੀ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਅਤੇ ਅਗਰਤਲਾ ਅਤੇ ਕੋਲਕਾਤਾ ਵਿੱਚ ਬੈਂਕ ਬੰਦ ਰਹਿਣਗੇ। 25 ਜਨਵਰੀ ਨੂੰ ਚੌਥੇ ਸ਼ਨੀਵਾਰ ਨੂੰ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ ਅਤੇ ਅਗਲੀ 26 ਜਨਵਰੀ ਦੀ ਛੁੱਟੀ ਹੈ ਦੇਸ਼ ਭਰ ਦੇ। 30 ਜਨਵਰੀ ਨੂੰ ਸਰਸਵਤੀ ਪੂਜਾ ਅਤੇ ਬਸੰਤ ਪੰਚਮੀ ਕਾਰਨ ਵੀ ਛੁੱਟੀ ਰਹੇਗੀ। ਪੰਜਾਬੀ ਗੋਨਾਮ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ਵਾਲਾ .com ਦੇ ਨਾਲ।